ਰਾਣੀ ਮੱਛੀ ਪਾਠ ਦਾ ਉਦੇਸ਼। ਇਸ ਪਾਠ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਮਦਦ ਆਪ ਕਰ ਸਕਦੇ ਹਾਂ। ਪਿੰਡ ਦੇ ਤਲਾਅ 'ਚ ਮੱਛੀਆਂ ਦਾ ਰਹਿਣਾ ਔਖਾ ਹੋ ਗਿਆ ਸੀ। ਕੁਝ ਮੱਛੀਆਂ ਨੂੰ ਉਦਾਸ ਦੇਖ ਕੇ ਵੱਡੀ ਮੱਛੀ ਵੀ ਦੁਖੀ ਸੀ। ਇੱਕ ਦਿਨ ਤਲਾਅ ਉਸ ਦੇ ਸੁਪਨੇ ਵਿਚ ਆਇਆ ਅਤੇ ਬੋਲਿਆ, ਮੈਨੂੰ ਪਤਾ ਰਾਣੀਏ ਧੀਏ, ਤੂੰ ਮੇਰੇ ਪਾਣੀ ਤੇ ਦੂਸ਼ਿਤ ਹੋਣ ਕਰਕੇ ਦੁਖੀ ਹੈ। ਕੋਈ ਵੀ ਤਾਂ ਨਹੀਂ ਮੇਰੇ ਵੱਲ ਧਿਆਨ ਦੇ ਰਿਹਾ। ਮੈਂ ਕਿਸ ਨੂੰ ਆਖਾਂ ਮੇਰਾ ਪਾਣੀ ਸਾਫ਼ ਕਰੋ ਰਾਣੀ ਧੀਏ? ਵੱਡੀ ਮੱਛੀ ਕਿੰਨਾ ਚਿਰ ਬੇਚੈਨ ਘੁੰਮਦੀ ਰਹੀ। ਜਦੋਂ ਵੀ ਉਹ ਕਿਸੇ ਆਦਮੀ ਨੂੰ ਤਲਾਅ ਵੱਲ ਆਉਂਦਿਆਂ ਵੇਖਦੀ ਤਾਂ ਕਿਨਾਰੇ ਕੋਲ ਆ ਕੇ ਗੀਤ ਗਾਉਂਦੀ, ਰੁਕੀ ਵੇਰਾਈਆ ਰੁਕੀ, ਰੁਕ ਕੇ ਗੱਲ ਤੂੰ ਸੁਣੀ, ਸੁਣ ਕੇ ਕਰੀ ਧਿਆਨ, ਤਾਹੀਓ ਬਚੂ ਕੀ ਜਾਣ। ਮੱਛੀ ਦਾ ਗੀਤ ਸੁਣ ਕੇ ਪਾਣੀ ਵਿਚਲੇ ਦੂਜੇ ਜੀ ਇਕੱਠੇ ਹੋ ਗਏ। ਕੀ ਕੋਈ ਨਵੀਂ ਗੱਲ ਹੈ? ਬਤਖ ਨੇ ਵੱਡੀ ਮੱਛੀ ਦੇ ਨਾਲ ਨਾਲ ਦੂਜੀਆਂ ਮੱਛੀਆਂ ਵੱਲ ਵੇਖਿਆ। ਕੀ ਦੁੱਖ ਹੈ ਤੈਨੂੰ ਮੱਛੀਏ? ਮੁਰਗਾਬੀ ਨੇ ਉਸਦਾ ਉਦਾਸ ਗੀਤ ਸੁਣ ਕੇ ਪੁੱਛਿਆ। ਜੀ ਨੀ ਲੱਗਦਾ ਹੋਣਾ, ਡੱਡੂ ਨੇ ਵਿੱਚੋਂ ਬੋਲਦਿਆਂ ਕਿਹਾ। ਕੋਈ ਇਸ ਨੂੰ ਵੀ ਬੋਲਣ ਦੇਵੇਗਾ ਕਿ ਨਹੀਂ? ਕੱਛੂ ਨੇ ਜ਼ਰਾ ਗੁੱਸੇ ਨਾਲ ਕਿਹਾ। ਸਾਰੇ ਛਾਈ ਮਾਈ ਹੋ ਗਏ। ਅਤੇ ਵੱਡੀ ਮੱਛੀ ਹਲੇ ਬੋਲਣ ਹੀ ਲੱਗੀ ਸੀ ਕਿ ਮੁਰਗਾਬੀ ਨੇ ਮਖੌਲ ਨਾਲ ਪੁੱਛਿਆ, ਪਿਛਲੇ ਸਾਥੀਆਂ ਦੀ ਯਾਦ ਆਉਂਦੀ ਹੋਊ? ਨਾ ਤਾਂ ਮੈਂ ਜੀ ਨਾ ਲੱਗਣ ਕਰਕੇ ਉਦਾਸ ਹਾਂ ਅਤੇ ਨਾ ਹੀ ਪਿਛਲਿਆਂ ਦੀ ਯਾਦ ਕਰਕੇ। ਹੋਰ ਫਿਰ ਕਿਹੜਾ ਦੁੱਖ ਹੈ ਮੱਛੀਏ? ਡੱਡੂ ਨੇ ਵਿਚਾਲੇ ਆਉਂਦਿਆਂ ਕਿਹਾ। ਮੈਂ ਪਾਣੀ ਨੂੰ ਪਲੀਤ ਹੁੰਦਾ ਵੇਖ ਕੇ ਦੁਖੀ ਹਾਂ। ਵੱਡੀ ਮੱਛੀ ਨੇ ਆਪਣੀ ਗੱਲ ਸਿਰੇ ਲਾਈ। ਪਾਣੀ ਦੇ ਗੰਦੇ ਹੋਣ ਬਾਰੇ? ਡੱਡੂ ਨੇ ਹੈਰਾਨੀ ਨਾਲ ਕੱਛੂ ਵੱਲ ਵੇਖਿਆ। ਅਸੀਂ ਤਾਂ ਕਦੀ ਸੋਚਿਆ ਹੀ ਨਹੀਂ। ਮੁਰਗਾਬੀ ਨੇ ਬਤਖ ਵੱਲ ਵੇਖਦਿਆਂ ਕਿਹਾ, ਜੇ ਕੋਈ ਇਸ ਬਾਰੇ ਨਹੀਂ ਸੋਚਦਾ ਤਾਂ ਨਾ ਸੋਚੇ। ਸਾਡੇ ਕੋਲ ਆਪਣੇ ਹੱਥ ਹਨ, ਅਸੀਂ ਖੁਦ ਪਾਣੀ ਸਾਫ਼ ਕਰਾਂਗੇ। ਵੱਡੀ ਮੱਛੀ ਨੇ ਬੜੇ ਜੋਸ਼ ਨਾਲ ਕਿਹਾ। ਸਾਡੇ ਕੋਲ ਹਿੰਮਤ ਹੈ। ਕੱਛੂ ਨੇ ਆਪਣੀ ਧੋਣ ਬਾਹਰ ਕੱਢਦਿਆਂ ਕਿਹਾ, ਸਾਡੇ ਕੋਲ ਇਤਫਾਕ ਵੀ ਤਾਂ ਹੈ। ਮੁਰਗਾਬੀ ਨੇ ਸਾਰਿਆਂ ਵੱਲ ਵੇਖਦਿਆਂ ਕਿਹਾ, ਚੰਨ ਚਾਨਣੀ ਰਾਤ ਵਿਚ ਤਾਰੇ ਪਾਣੀ ਵਿਚ ਦੀਵਿਆਂ ਵਾਂਗ ਚਮਕ ਰਹੇ ਸਨ। ਸਾਰੇ ਜੀਵ ਸਵੇਰੇ ਮਿਲਣ ਲਈ ਵਿਦਾ ਹੋਏ। ਤੜਕੇ ਚਿੜੀਆਂ ਦੇ ਚੜਚੋਲੇ ਨਾਲ ਸਾਰੇ ਜਲ ਜੀਵ ਉੱਪਰ ਆ ਗਏ। ਵੱਡੀ ਮੱਛੀ ਨੂੰ ਪਾਣੀ ਉੱਤੇ ਕਾਈ ਸਾਫ਼ ਕਰਦਿਆਂ ਵੇਖ ਕੇ ਕੱਛੂ ਨੇ ਕਿਹਾ, ਮੱਛੀਏ ਲੱਗਦਾ ਸਾਰੀ ਰਾਤ ਸੁੱਤੀ ਹੀ ਨਹੀਂ। ਜਦੋਂ ਕੰਮ ਸਾਹਮਣੇ ਹੋਵੇ ਤਾਂ ਨੀਂਦ ਕਦੋਂ ਆਉਂਦੀ ਹੈ? ਕਾਈ ਨੂੰ ਇੱਕ ਪਾਸੇ ਇਕੱਠੇ ਕਰਦਿਆਂ ਮੱਛੀ ਨੇ ਕਿਹਾ। ਕੱਛੂ ਅਤੇ ਡੱਡੂ ਪਾਣੀ ਚੋਂ ਗਲਿਆ ਸੜਿਆ ਨਿੱਕ ਸੁੱਕ ਕੱਢ ਕੇ ਬਾਹਰ ਲਿਆਉਣ ਲੱਗੇ ਅਤੇ ਮੁਰਗਾਬੀ ਬਤਖ ਦੇ ਨਾਲ ਮਲਬਾ ਕਿਨਾਰੇ ਤੇ ਸੁੱਟਣ ਲੱਗੀ। ਹੋਰ ਮੱਛੀਆਂ ਦੂਜੇ ਪਾਸੇ ਦਾ ਕਿਨਾਰਾ ਸਾਫ਼ ਕਰਨ ਲੱਗੀਆਂ। ਬਾਕੀ ਕੰਮ ਆਪਾਂ ਕੱਲ ਕਰ ਲਵਾਂਗੇ, ਛੋਟੀ ਮੱਛੀ ਥੱਕ ਗਈ ਲੱਗਦੀ ਸੀ। ਹਾਂ ਹਾਂ ਆਪਾਂ ਕੱਲ ਨੂੰ ਕਰ ਲਾਂਗੇ, ਡੱਡੂ ਨੇ ਉਸਦੀ ਹਾਂ ਵਿਚ ਹਾਂ ਮਿਲਾਈ। ਨਹੀਂ ਅੱਜ ਵਾਲਾ ਕੰਮ ਹੁਣੇ ਕਰਾਂਗੇ, ਕੱਲ ਤੇ ਨਹੀਂ ਛੱਡਾਂਗੇ। ਹੌਲੀ ਹੌਲੀ ਕੰਮ ਕਰਦੇ ਰਹੋ, ਪੂਰਾ ਹੋ ਜਾਵੇਗਾ। ਕੱਛੂ ਨੇ ਆਪਣੇ ਸੁਭਾਅ ਮੁਤਾਬਕ ਨਸੀਹਤ ਦਿੱਤੀ। ਪਰ ਆਪਾਂ ਥੋੜੇ ਜਣੇ ਆ, ਤਲਾਅ ਵੱਡਾ ਏ, ਛੋਟੀ ਮੱਛੀ ਨੇ ਥੱਕੀ ਆਵਾਜ਼ 'ਚ ਕਿਹਾ। ਅਸੀਂ ਤੁਹਾਡੇ ਨਾਲ ਹਾਂ, ਨਾਲ ਦੇ ਰੁੱਖ ਤੋਂ ਕਾਂ ਤੋਤੇ ਕਬੂਤਰ ਚਿੜੀਆਂ ਘੁੱਗੀਆਂ ਗੁਟਾਰਾਂ ਦੀਆਂ ਡਾਰਾਂ ਉਤਰ ਆਈਆਂ। ਹਾਂ ਹਾਂ ਮੈਂ ਵੀ ਤੁਹਾਡੀ ਮਦਦ ਕਰਾਂਗਾ, ਮੋਰ ਨੇ ਪੰਛੀਆਂ ਦੇ ਕੋਲ ਹੁੰਦਿਆਂ ਕਿਹਾ। ਸਾਰੇ ਜੀਵ ਜੀ ਜਾਨ ਨਾਲ ਤਲਾਅ ਦੀ ਸਫਾਈ ਲਈ ਜੁਟ ਗਏ। ਲਓ ਬਈ ਦੋਸਤੋ, ਤਲਾਅ ਦਾ ਪਾਣੀ ਤਾਂ ਸਾਫ਼ ਹੋ ਗਿਆ, ਕੱਛੂ ਨੇ ਤਲਾਅ ਤੇ ਇੱਕ ਨਜ਼ਰ ਮਾਰਦਿਆਂ ਕਿਹਾ। ਪਰ ਪਾਣੀ ਤਾਂ ਹੋਰ ਵੀ ਘੱਟ ਗਿਆ, ਛੋਟੀ ਮੱਛੀ ਨੇ ਪਾਣੀ ਵੱਲ ਵੇਖ ਕੇ ਹੌਂਕਾ ਭਰਿਆ। ਫਿਕਰ ਨਾ ਕਰ ਪਿਆਰੀ ਮੱਛੀ, ਅਸਮਾਨ ਤੇ ਪੱਤਲ ਛਾਏ ਹੋਏ ਹਨ, ਮੀਂਹ ਵੀ ਜ਼ਰੂਰ ਆਵੇਗਾ। ਮੋਰ ਨੇ ਅਸਮਾਨ ਵੱਲ ਵੇਖ ਕੇ ਅੰਦਾਜ਼ਾ ਲਾਇਆ। ਤੂੰ ਇਹ ਕਿਵੇਂ ਕਹਿ ਸਕਦਾ ਮੀਂਹ ਆਵੇਗਾ? ਕਾਂ ਨੇ ਕਿਹਾ। ਮੋਰ ਠੀਕ ਕਹਿ ਰਿਹਾ, ਉਹ ਦੇਖੋ ਚਿੜੀ ਰੇਤੇ ਵਿੱਚ ਨਹਾ ਰਹੀ ਹੈ। ਕੱਛੂ ਨੇ ਸਭ ਦਾ ਧਿਆਨ ਉਧਰ ਕੀਤਾ। ਦੇਖਦੇ ਹੀ ਦੇਖਦੇ ਬੱਦਲ ਸੰਘਣੇ ਹੋ ਗਏ। ਫਿਰ ਕੁਝ ਦੇਰ ਨੂੰ ਕਿਣਮਿਣ ਸ਼ੁਰੂ ਹੋਈ ਤੇ ਫਿਰ ਛਮ ਛਮ ਮੀਂਹ ਪਰਨ ਲੱਗਿਆ ਅਤੇ ਤਲਾ ਭਰਨ ਲੱਗ ਗਿਆ। ਸਾਰੇ ਜੀ ਜਨੌਰ ਖੁਸ਼ੀ ਵਿੱਚ ਨੱਚ ਰਹੇ ਸਨ। ਇੱਕ ਪਾਸੇ ਮੋਰ ਖੰਭ ਖਿਲਾਰ ਕੇ ਪਹਿਲਾਂ ਪਾ ਰਿਹਾ ਸੀ, ਮੱਛੀਆਂ ਵੀ ਪਾਣੀ ਵਿੱਚ ਲੋਟਣੀਆਂ ਖਾ ਰਹੀਆਂ ਸਨ। ਤਲਾ ਖੁਸ਼ੀ ਨਾਲ ਉੱਛਲ ਰਿਹਾ ਸੀ, ਜਿਵੇਂ ਕਹਿ ਰਿਹਾ ਹੋਵੇ, ਸ਼ਾਬਾਸ਼ ਰਾਣੀ ਮੱਛੀਏ।